ਸਾਡੇ ਬਹੁਤ ਹੀ ਸਤਿਕਾਰਯੋਗ ਇਸ ਸੰਭੂ ਮੋਰਚੇ ਵਿੱਚ ਪਹੁੰਚੇ ਹੋਏ ਸਾਡੇ ਭਰਾ ਸਾਡੇ ਬਜ਼ੁਰਗ ਵੱਡਿਆਂ ਛੋਟਿਆਂ ਨੂੰ ਸਾਰਿਆਂ ਨੂੰ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਲੋਕਾਂ ਦਾ ਸਵਾਲ ਹੁੰਦਾ ਕਿ ਕੋਈ ਫਿਰੋਜ਼ਪੁਰ ਤੋਂ ਆ, ਕੋਈ ਫਰੀਦਕੋਟ ਤੋਂ, ਕੋਈ ਬਠਿੰਡੇ ਤੋਂ, ਐਡੀ ਦੂਰੋਂ ਤੁਸੀਂ ਚੱਲ ਕੇ ਇਸ ਮੋਰਚੇ 'ਚ ਕਿਉਂ ਆਏ ਹੋ। ਇੱਕ ਤਾਂ ਮੈਂ ਉਸ ਕਿਉਂ ਦਾ ਜਵਾਬ ਦੇਣਾ, ਬਾਕੀ ਗੱਲਾਂ ਤਾਂ ਚਲੋ ਆਪਾਂ ਨਾਲ ਨਾਲ ਕਰਦੇ ਰਹਾਂਗੇ। ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ, ਰਿਲਾਇੰਸ ਪੰਪਾਂ 'ਤੇ ਜਿਹੜੇ ਰਿਲਾਇੰਸ ਦੇ ਮਾਲ ਆ ਜਾਂ ਬੈਸਟ ਪ੍ਰੈਸ ਜਿੱਥੋਂ ਆਪਣਾ ਪੂਰਾ ਮਾਲ ਸਪਲਾਈ ਕਰਦੇ ਆ ਮਾਰਕੀਟ ਦੇ ਵਿੱਚ, ਜਾਂ ਰੇਲਵੇ ਟਰੈਕ ਦੀ ਗੱਲ ਕਰੀਏ, ਉਹ ਸਾਰਿਆਂ ਦੇ ਧਰਨੇ ਲੱਗ ਰਹੇ ਆ। ਧਰਨੇ ਆਪਾਂ ਉੱਥੇ ਵੀ ਦੇ ਸਕਦੇ ਹਾਂ ਜਿਹੜੇ ਦੇ ਸਕਦੇ, ਵਧੀਆ ਗੱਲ ਆ, ਆਪਾਂ ਨੂੰ ਲੋਕਲ ਬੈਠੇ ਨੇ। ਪਰ ਇਸ ਸੰਭੂ ਮੋਰਚੇ 'ਚ ਆਉਣ ਦਾ ਜਿਹੜਾ ਮੇਨ ਕਾਰਨ ਆ ਉਹ ਇਹ ਆ ਕਿ ਇੱਥੇ ਜਿਹੜੀ ਅਸੀਂ, ਜਿਵੇਂ ਬਾਈ ਦੀਪ ਸਿੱਧੂ ਨੇ ਗੱਲ ਕੀਤੀ ਆ ਵੀ ਸਾਨੂੰ ਇਕੱਲੀਆਂ ਮੰਗਾਂ ਨੂੰ ਮੁਖਾਤਬ ਨਹੀਂ ਹੋਣਾ ਚਾਹੀਦਾ, ਮਸਲੇ ਨੂੰ ਵੀ ਮੁਖਾਤਬ ਹੋਈਏ ਵੀ ਅਸਲ ਜੜ੍ਹ ਕਿੱਥੇ ਪਈ ਆ, ਰੂਟ ਕਾਜ਼ ਕੀ ਆ ਇਹਦਾ। ਅਸੀਂ ਬਿਮਾਰ ਦੀ ਗੱਲ ਕਰੀ ਜਾਂਦੇ ਹਾਂ, ਆਹ ਬਿਮਾਰ ਆ, ਆਹ ਬਿਮਾਰ ਆ, ਪਰ ਬਿਮਾਰੀ ਦੀ ਜੜ੍ਹ ਕੀ ਆ ਉਹਦੀ ਗੱਲ ਨਹੀਂ ਕੀਤੀ, ਅਤੇ ਉਹਦੀਆਂ ਸਾਰੀਆਂ ਡਿਟੇਲ ਦੇ ਵਿੱਚ ਬਾਈ ਨੇ ਗੱਲਾਂ ਬਾਤਾਂ ਕੀਤੀਆਂ ਜਿਹੜੀਆਂ। ਕਿਉਂਕਿ ਅਸੀਂ ਹੁਣ ਤੱਕ ਰੇਤਾਂ ਦੀ ਲੜਾਈ ਲੜਦੇ ਰਹੇ ਹਾਂ, ਹੱਕਾਂ ਦੀ ਲੜਾਈ ਨਹੀਂ ਲੜੀ। ਇਹ ਜਿਹੜਾ ਮੋਰਚਾ ਠੀਕ ਹੈ, ਜਿਹੜੇ ਕਿਸਾਨ ਲੜ ਰਹੇ ਆ ਸਲਾਮ ਆ ਉਹਨਾਂ ਨੂੰ, ਸਾਡੇ ਵੱਡ ਵਡੇਰੇ ਆ ਉਹ, ਸਾਡੇ ਭੈਣ ਭਾਈ ਬੈਠੇ ਜਿਹੜੇ, ਪਰ ਉਹਨਾਂ ਤੋਂ ਜਿਹੜਾ ਵੱਖਰਾ ਹੋਣ ਦਾ ਜਿਹੜਾ ਗੱਲ ਹੈ ਜਾਂ ਜਿਹੜਾ ਮੋਰਚੇ ਦੀ ਜਿਹੜੀ ਹੋਣ ਦੀ ਗੱਲ ਹੈ ਉਹ ਇਹ ਆ ਵੀ ਜਿਵੇਂ ਅਸੀਂ ਗੱਲ ਕਰਕੇ ਗਏ ਨੇ ਵੀ ਅਨੰਦਪੁਰ ਸਾਹਿਬ ਦਾ ਮਤਾ, ਪੰਜਾਬ ਦੇ ਦਰਿਆਈ ਪਾਣੀਆਂ ਦੀ ਗੱਲ, ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਚੰਡੀਗੜ੍ਹ ਪੰਜਾਬ ਦਾ, ਜਾਂ ਹਰ ਸਾਲ 1.25 ਲੱਖ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਬਾਹਰ ਜਾ ਰਹੇ, ਹਿਜਰਤ ਕਰ ਰਹੇ ਆ, ਉਹਨਾਂ ਸਾਰਿਆਂ ਦਾ ਰੀਜ਼ਨ ਕਾਰਨ ਕੀ ਆ? ਉਹਦਾ ਕਾਰਨ ਜਿਹੜਾ ਦੱਸਿਆ ਉਹ ਇਸ ਮੋਰਚੇ ਨੇ ਦੱਸਿਆ। ਜਿਵੇਂ ਬਹੁਤ ਸਾਰੇ ਕਿਸਾਨਾਂ ਨਾਲ, ਕੁਛ ਜਿਹੜੇ ਆਗੂ ਆ ਕਿਸਾਨ ਜਿੱਥੇ, ਉਹਨਾਂ ਨਾਲ ਵੀ ਗੱਲ ਹੋਈ ਹੈ, ਉਹ ਕਹਿੰਦੇ ਵੀ ਜਿਹੜੀ ਸਾਡੀ ਲੜਾਈ ਆ ਉਹ ਸਿਰਫ ਬਿੱਲਾਂ ਤੱਕ ਸੀਮਤ ਆ, ਵੀ ਬਿੱਲ ਵਾਪਸ ਹੋਣ ਅਤੇ MSP ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਬਹਾਲ ਹੋ ਜਾਵੇ, ਅਤੇ ਜਾਂ ਹੁਣ ਜਿਵੇਂ ਤੀਜੀ ਮੰਗ ਇੱਕ ਰੱਖੀ ਹੈ ਸੈਂਟਰ ਗੌਰਮੈਂਟ ਦੇ ਵਿੱਚ ਮਿਲ ਕੇ ਆਏ ਨੇ ਕਿਸਾਨ ਜਥੇਬੰਦੀਆਂ ਦੇ ਆਗੂ, ਉਹ ਕਹਿੰਦੇ ਵੀ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ। ਪਰ ਆਪਾਂ ਸਮਝਦੇ ਹਾਂ ਵੀ ਜਿਸ ਹਿਸਾਬ ਨਾਲ ਲਾਮਬੰਦੀ ਹੋ ਰਹੀ ਆ, ਲੋਕ ਸੜਕਾਂ 'ਤੇ ਨੇ, ਬੜਾ ਜਿਹੜਾ ਵਿਰੋਧ ਆ ਦਿਨੋਂ ਦਿਨ ਤਿੱਖਾ ਹੋ ਰਿਹਾ, ਇਹ ਕਾਨੂੰਨ ਵੀ ਸਰਕਾਰ ਨੂੰ ਵਾਪਸ ਲੈਣੇ ਪੈ ਜਾਣਗੇ, ਸਵਾਮੀਨਾਥਨ ਰਿਪੋਰਟ ਵੀ ਲਾਗੂ ਹੋ ਜੂਗੀ, MSP ਵੀ ਬਹਾਲ ਹੋ ਜੂਗੀ। ਪਰ ਕੀ ਕਾਨੂੰਨ ਵਾਪਸ ਕਰਾਉਣੇ ਅਤੇ MSP ਬਹਾਲ ਕਰਾਉਣੇ ਸਾਡੀ ਲੜਾਈ ਉੱਥੋਂ ਤੱਕ ਹੀ ਸੀਮਤ ਹੈ? ਤਾਂ ਉਹਨਾਂ ਦਾ ਜਵਾਬ ਸੀ ਵੀ ਹਾਂ, ਜੇ ਇਹ ਹੋ ਜਾਂਦਾ ਅਸੀਂ ਸੰਤੁਸ਼ਟ ਹਾਂ। ਪਰ ਬਾਈ ਦੀਪ ਸਿੱਧੂ ਜਾਂ ਸਮੁੱਚੀ ਟੀਮ ਦਾ ਜਿਹੜਾ ਵਿਚਾਰ ਸੀ ਜਾਂ ਸੋਚ ਸੀ ਉਹ ਤੋਂ ਵੱਖਰੀ ਸੀ। ਕਿਉਂ ਵੱਖਰੀ ਸੀ? ਕਿਉਂਕਿ ਅਸੀਂ ਸਮਝਦੇ ਹਾਂ ਵੀ ਕਾਨੂੰਨ ਤਾਂ ਸਰਕਾਰ ਹੋਰ ਲੈ ਕੇ ਆਈ ਹੈ ਕਾਲੇ ਬਿੱਲ, ਇਸ ਤੋਂ ਪਹਿਲਾਂ ਤਾਂ MSP ਬਰਕਰਾਰ ਸੀ, ਫਿਰ ਹੋਰ ਵੀ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਆ। ਇਹਦਾ ਮਤਲਬ ਹੈ ਵੀ ਜਿਹੜੀਆਂ ਇਸ ਤੋਂ ਪਹਿਲਾਂ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਸੀ ਉਹ ਖੇਤੀ ਪੱਖੀ ਨਹੀਂ ਸੀ, ਕਿਸਾਨ ਪੱਖੀ ਨਹੀਂ ਸੀ, ਜਿਹਦਾ ਸਿੱਟਾ ਅਸੀਂ ਦੇਖਦੇ ਵੀ ਕਿਸਾਨ ਵੱਡੀ ਤਾਦਾਦ ਦੇ ਵਿੱਚ ਖੁਦਕੁਸ਼ੀਆਂ ਕਰ ਰਹੇ ਆ। ਅਤੇ ਜੇ ਇਸ ਤੋਂ ਪਹਿਲਾਂ ਵੀ ਖੁਦਕੁਸ਼ੀਆਂ ਹੋ ਰਹੀਆਂ ਸੀ, MSP ਪਹਿਲਾਂ ਵੀ ਮਿਲਦੀ ਸੀ, ਫਿਰ ਉਹਦਾ ਮਤਲਬ ਸਰਕਾਰ ਦੀਆਂ ਉਹਨਾਂ ਨੀਤੀਆਂ ਪਾਲਸੀਆਂ ਨੂੰ ਉਹਨਾਂ ਨੇ ਸਿਸਟਮ ਨੂੰ ਸਮਝਣਾ ਪੈਣਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਜਿਹੜੀ ਲੜਾਈ ਹੈ ਇਕੱਲੀ MSP ਦੀ ਨਹੀਂ, ਇਹ ਲੜਾਈ ਖੁਦਮੁਖਤਿਆਰੀ ਦੀ ਆ। ਕਿਉਂਕਿ ਜਿਹੜਾ ਸੈਂਟਰ ਦਾ ਕਮਿਸ਼ਨ ਹੈ ਉਹ ਸਾਡੀਆਂ ਜਿਹੜੀਆਂ ਖੇਤਾਂ ਦੇ ਜਿਹੜੀਆਂ ਫਸਲਾਂ ਜਿਹੜੀਆਂ ਸਾਡੀਆਂ ਉਹਨਾਂ ਦੇ ਭਾਅ ਤੈਅ ਕਰਦਾ, ਅਤੇ ਅਸੀਂ ਸਮਝਦੇ ਵੀ ਜਦ ਤੱਕ ਪੰਜਾਬ ਦਾ ਕਮਿਸ਼ਨ ਬਣਾ ਕੇ ਪੰਜਾਬ ਦਾ ਕਮਿਸ਼ਨ ਨਹੀਂ ਤੈਅ ਕਰੂਗਾ ਸਾਡੀਆਂ ਫਸਲਾਂ ਦੇ ਭਾਅ,
दिल्ली वालों नूं की हक है, उन्होंने की पता। मैं कहना उत्थे 95% मंत्री है जिहड़े बाबा जी नूं खेती बारे पता ही नहीं सी भी किवें स्प्रे हुंदी है, किवें रेह हुंदी है, किवें वाहवाही बीज लगाई हुंदी है, किवें फसल कट्टी जांदी है, किवें कुछ कीता जांदा, उन्हें पता ही कुछ नहीं। सो जिन्हां नूं इह नहीं पता भी खेती हुंदी किवें आ, उह साडियां नीतियां पालसियां बनाउण, ते असीं उन्हां तों उम्मीद करिए भी उह साडा भला करदे ने, कदे भी नहीं होणा। क्योंकि जथेबंदियां साडियां सतिकारत ने, क्योंकि उन्होंने बड़ा बड़ा संघर्ष है, बड़ा लंबा संघर्ष लड़िया, परचे भी पवाया, जेलों च भी गया, डांगा भी खाधिया, कतल मतलब शहीद भी करवाया जो पंजाब के किसान। पर जी लड़ाई से रोटांतिक से, सानू वाजब कीमत दे रही जी, फसलों के भाव मिलने चाहिए वाजब। साड़ी एक पीढ़ी वाजब भाव लई लड़दी लड़दी बुजुर्ग हुई, पर सानू लाहेवंद भाव नहीं मिले। क्यों नहीं मिले? क्योंकि साड़िया जड़िया फसलों के जो रेट ने वह सेंटर गवर्नमेंट दिल्ली तय कर दिया। तुसीं देखो छोटी तो छोटी चीज चाहे 50% भी आई है, वह भी जोड़ा बंदा पैदा करता कोई चीज, प्रोडक्शन पैदा कर ली कुछ चीज़ में, रेट वह हों बेचण वाले का, ना कि खरीदने वाले का। असली खेती के जिन्हिया भी इनपुट प्रोडक्शन है जी, जी असी खेती पर खर्चे लागत खर्चे है, जोड़े ट्रैक्टर लेने वह कंपनी वाले का रेट आ, कोई मशीनरी लेने वह कंपनी वाले का रेट आ, रेहा लें स्प्रेहा लें वो रेट वह तय कर दें, बीज लें वो रेट वह तय कर दें। जो असी उन्होंने सारा कुछ लेके फसल पैदा कर ली, उदों के जी पैदावार जरा बेचने वाले नहीं पूछा जाता, खरीद का रेट तय करूगा भी ये इस रेट से लेनी है। ये किहड़ी किताब च लिखे? वो पूरी दुनिया के मैं कहना जो 25% की भी कोई चीज़ आ जिन्हें पैदा की रेट वह हों, खरीदने वाले का नहीं हों, बेचने वाले का हों, तो फिर साढ़े रेट असं क्यों नहीं तय कर सकते? सो जदों तक असं आह गलों भी समझेंगे भी असल गल कहानी कितों पी आ, असं कली MSP करी जाने, ठीक है MSP मिलजू, पहले भी मिलती सी हूँ भी मिल जूगी, पर MSP लेके भी साडा मसला हल नहीं होना, यह खुदकुशियां नहीं रुकनियां। तुसीं आ देख लो भी लगभग 70 तो साडियां किसान जथेबंदियां जदों गरीब रेवोल्यूशन आया हरी क्रांति, उदों भी जिहड़े बुद्धिजीवी लोग सी उन्होंने इसका विरोध किया सी भी फार टाइम कुछ समय लई वक्ती तौर पर शायद थोड़े कुछ हंबला मार देन, कुछ थोड़ा सुधार कर देंगे थोड़ा, पर लॉन्ग टाइम के नुकसान बद होना, तो अज वो साढ़े सामने आ। दरियाई पानी दुरुस्त कर ले, वातावरण दुरुस्त कर ले, मिट्टी जहर पा पा के बर्बाद करती, अज हालात साढ़े हो गए भी असं बच्चा पैदा करने काबिल नहीं रहे, टेस्ट ट्यूब बोरियों के बच्चे पैदा होंगे। डॉक्टर अमर सिंह यादव पटवाले तो बड़े बुद्धिजीवी इंसान ने, एक दिन के अखबार के अठ बच्चों की फोटो लगिया भी किसी अस्पताल में लाइया सी, असीं 8 बच्चे पैदा किए टेस्ट ट्यूब बेबिया नाल, तो डॉक्टर साहब ने कहा कि कहिंदे कोई माण वाली गल नहीं है साडे लई भी इहदी, असीं इहनूं असीं प्रमोट करिए भी असीं कोई बड़ी वड्डी मल मारती, ये तो दुख वाली गल है भी असीं कित्थे आ के खड़ गए, अज असीं बच्चा पैदा करने काबिल भी नहीं रहे, तो जिहड़ा उस परमा जिहड़ा वीरजा बाहरलियां कंट्रियां तो जां कहो भी दूजियां स्टेटां तो दित्ता जांदा, असल नसल कुछ तो आ साड़ी 84 के नहीं नसल कुछ हुई सी, असल नसल कुछ हमने हो रही है। ये गल्लां सानू कौन दसू? ये किसी लीडर ने नहीं दसनी, पोलीटिकल लीडर ने वोटा मंगते हैं, वो तो आप देख रहे हले भी ड्रामेबाजी करी जाते हैं। 1991 के WTO वर्ल्ड ट्रेड ऑर्गेनाइजेशन विश्व व्यापार संस्था जी, उन्होंने सेंटर गवर्नमेंट के नाल समझौता किया, उदो नरसिम्हा राव सरकार से, तो वो यह भी आ सारिया नीतियां पॉलिसियां से लागू करेंगे जिहड़ियां हुण हो रही हैं। तो उस तो बाद चाहे कांग्रेस की सरकार आई चाहे BJP की सरकार आई, सेंटर गवर्नमेंट ने भी और स्टेट गवर्नमेंट ने भी, चाहे अकालियों की सरकार से इतने चाहे कांग्रेस की सरकार रही आ, उन्होंने सारे ने नीतियां पॉलिसियों लागू किया,
ਤੇ ਅੱਜ ਉਹ ਸਾਰੇ ਦੁੱਧ ਦੇ ਉੱਤੇ ਬਣੀ ਜਾਂਦੇ ਆ। ਪਰ ਸਵਾਲ ਉਹ ਪੈਦਾ ਹੁੰਦਾ ਜੇ ਦੁੱਧ ਦੇ ਉੱਤੇ ਬਣਦੇ ਵੀ ਆ, ਜਿਹੜਾ ਦੁੱਧ ਆ ਬਈ ਉਹ ਵੀ 64% ਨਕਲੀ ਆ, ਜੇ ਸੱਚੀ ਮੁੱਚੀ ਵੀ ਉਹ ਦੁੱਧ ਨਾਲ ਧੋ ਰਹੇ ਨੇ ਉਹਨਾਂ ਨੂੰ, ਉਹਨਾਂ ਦੇ ਵਿੱਚੋਂ ਮਿਲਾਵਟ ਹੋਰ ਵੀ ਨਹੀਂ ਜਾਣੀ, ਕਿਉਂਕਿ ਉਹ ਦੁੱਧ ਵੀ ਸੋਚਣੀ ਹੈ। ਸਟੇਟ ਗੌਰਮੈਂਟਾਂ ਨੇ ਕਿਵੇਂ ਲਾਗੂ ਕੀਤਾ, ਜਦੋਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਣੇ ਖਰਚੇ ਤੇ ਲੋਕਾਂ ਲਗਾ ਲਓ ਤੇ ਅਸੀਂ ਤੁਹਾਨੂੰ ਛੂਟ ਦਿੰਦੇ ਹਾਂ, ਬੜੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਮੋਟਰਾਂ ਲਵਾਈਆਂ, ਪੈਸੇ ਭਰੇ, ਉਦੋਂ ਬਾਅਦ ਉਹਨਾਂ ਨੇ ਸਰਕਾਰ ਦੀ ਇਹ ਪਾਲਿਸੀ 'ਚ ਵੀ, ਇਸ ਤੋਂ ਪਹਿਲਾਂ ਜਦੋਂ ਵੀ ਕੋਈ ਟਰਾਂਸਫਾਰਮਰ ਖਰਾਬ ਹੁੰਦਾ ਜਾਂ ਜਿਵੇਂ ਕੋਈ ਪੋਲ ਆ ਜਿਹੜਾ ਖੰਭਾ ਟੁੱਟ ਗਿਆ ਜਾਂ ਕੋਈ ਤਾਰਾਂ ਟੁੱਟ ਗਈਆਂ, ਉਹ ਸਰਕਾਰੀ ਖਰਚੇ 'ਤੇ ਠੀਕ ਹੁੰਦੇ ਸੀ। ਪਰ ਜਿਨ੍ਹਾਂ ਦੀਆਂ ਮੋਟਰਾਂ ਪ੍ਰਾਈਵੇਟ ਲੱਗ ਗਈਆਂ ਉਹਨਾਂ ਨੂੰ ਸਰਕਾਰ ਨੇ ਕਹਿਤਾ ਵੀ ਆਪਦੇ ਖਰਚੇ 'ਤੇ ਲਵਾਓ, ਜੇ ਕੱਲ੍ਹ ਨੂੰ ਟਰਾਂਸਫਾਰਮ ਮੱਚ ਜਾਂਦਾ ਜਾਂ ਕੋਈ ਖੰਭਾ ਡਿੱਗ ਪਿਆ ਟੁੱਟ ਗਿਆ ਜਾਂ ਤਾਰ ਖਰਾਬ ਹੋ ਗਈ, ਉਹ ਤੁਸੀਂ ਆਪਣੇ ਖਰਚੇ 'ਤੇ ਲਵਾਓਗੇ। ਇਹ ਉਹ ਪ੍ਰਾਈਵੇਟੇਸ਼ਨ ਕਰਨ ਦੀ ਸਰਕਾਰ ਦੀ ਉਹ ਨੀਤੀ ਨੂੰ ਪ੍ਰਮੋਟ ਕੀਤਾ, ਹੋਰ ਕੀ ਸੀ। ਉਹ ਸਰਕਾਰੀ ਜਿਹੜੇ ਖਰਚ 'ਤੇ ਠੀਕ ਹੁੰਦੇ ਸੀ ਉਹ ਸਰਕਾਰ ਨੇ ਪਿੱਛੇ ਖਿੱਚ ਲਿਆ। ਜਾਂ ਜਿਵੇਂ ਹਸਪਤਾਲਾਂ ਦੀ ਗੱਲ ਕਰਦੇ ਹਾਂ, ਜਿਹੜੇ ਸਰਕਾਰੀ ਸਾਡੇ ਹਸਪਤਾਲ ਸੀ ਉਹਨਾਂ ਦੇ ਵਿੱਚ ਡਾਕਟਰਾਂ ਦੀ ਘਾਟ ਕਰਕੇ, ਦਵਾਈਆਂ ਦੀ ਘਾਟ ਕਰਕੇ, ਉੱਥੇ ਕੋਈ ਵੈਂਟੀਲੇਟਰ ਨਹੀਂ, ਕੋਈ ਪ੍ਰਬੰਧ ਨਹੀਂ ਸੀਗਾ, ਕੋਈ ਦਵਾਈਆਂ ਬੂਟੀਆਂ ਨਹੀਂ ਮਿਲਦੀਆਂ ਸੀ, ਅਤੇ ਨਾਲ ਸਾਨੂੰ ਪ੍ਰਾਈਵੇਟ ਦਿੱਤੇ, ਅਸੀਂ ਉੱਧਰੋਂ ਉੱਧਰ ਪਏ। ਪਰ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਯਾਰ ਸਾਡਾ ਰਾਈਟ ਆ, ਸਾਡਾ ਹੱਕ ਆ, ਸਰਕਾਰ ਦੀ ਜ਼ਿੰਮੇਵਾਰੀ ਆ ਸਿਹਤ ਸਹੂਲਤਾਂ ਦੇਣਾ। ਪਰ ਅਸੀਂ ਜਦੋਂ ਹਸਪਤਾਲਾਂ ਜਾਂਦੇ ਉੱਥੋਂ ਕਹਿੰਦੇ ਯਾਰ ਉੱਥੇ ਤਾਂ ਡਾਕਟਰ ਵਧੀਆ ਨਹੀਂ, ਪ੍ਰਬੰਧ ਹੋ ਯਾਰ ਪ੍ਰਾਈਵੇਟ 'ਚ ਲੈ ਚੱਲੋ। ਉਹ ਸਰਕਾਰ ਦੀ ਪ੍ਰਾਈਵੇਟ ਕਰਨ ਦੀ ਨੀਤੀ ਸੀ, ਪਰ ਸਰਕਾਰ ਨੇ ਸਿਸਟਮ ਹੀ ਇੱਦਾਂ ਦਾ ਕ੍ਰੀਏਟ ਕਰਤਾ ਵੀ ਅਸੀਂ ਉਹਦਾ ਵਿਰੋਧ ਕਰਨ ਦੀ ਬਜਾਏ ਉਹਦੇ ਪੱਖ 'ਚ ਭੁਗਤਦੇ ਹਾਂ ਵੀ ਠੀਕ ਆ ਯਾਰ ਜਦੋਂ ਉੱਥੇ ਕੋਈ ਡਾਕਟਰ ਨਹੀਂ, ਲੈਣਾ ਨਹੀਂ, ਦੇਣਾ ਨਹੀਂ। ਮੈਂ ਕਹਿੰਦਾ ਜੇ ਕੱਲ੍ਹ ਨੂੰ ਜਮ੍ਹਾਂ ਵੀ ਸਰਕਾਰ ਬੰਦ ਕਰਦੇ ਸੀ ਅਸੀਂ ਵਿਰੋਧ ਨਹੀਂ ਕਰਾਂਗੇ। 80% ਲੋਕ ਕਹਿੰਦੇ ਠੀਕ ਆ ਯਾਰ ਜਦੋਂ ਕੋਈ ਉੱਥੇ ਦਵਾਈ ਨਹੀਂ ਮਿਲਦੀ ਸੀ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਸੀ, ਵਧੀਆ ਕੀਤਾ ਬੰਦ ਕਰਤਾ। ਸਰਕਾਰ ਦੀ ਕੀ ਦਲੀਲ ਆ ਵੀ ਸਰਕਾਰੀ ਹਸਪਤਾਲ ਨਕਾਰਾ ਹੋ ਗਏ ਜੀ, ਘਾਟੇ ਦਾ ਸੌਦਾ ਬਣ ਗਏ, ਤਾਂ ਕਰਕੇ ਅਸੀਂ ਇੱਥੇ ਇਹਨਾਂ ਨੂੰ ਬੰਦ ਕਰ ਰਹੇ ਹਾਂ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਜਦੋਂ ਸਾਡੇ ਘਰਾਂ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਸੀ ਉਹਦਾ ਇਲਾਜ ਕਰਾਉਂਦੇ ਹਾਂ, ਪਿੰਡ ਦੇ ਡਾਕਟਰ ਤੋਂ, ਸ਼ਹਿਰ ਦੇ ਡਾਕਟਰ ਤੋਂ, ਉੱਥੇ ਨਹੀਂ ਲੋਟ ਆਉਂਦਾ, ਅਸੀਂ DMC ਲੁਧਿਆਣੇ ਜਾਂ PGI ਜਾਂ ਏਮਜ਼ ਦਿੱਲੀ ਵਗੈਰਾ 'ਚ ਜਾਂਦੇ ਹਾਂ। ਪਰ ਕਦੇ ਉਹ ਥੋੜ੍ਹੀ ਕੀਤਾ ਵੀ ਜੇ ਇਲਾਜ ਨਹੀਂ ਹੁੰਦਾ ਜਾਂ ਮਤਲਬ ਠੀਕ ਨਹੀਂ ਹੋ ਰਿਹਾ, ਆਪਾਂ ਕਦੇ ਠੀਕ ਤਾਂ ਹੁਣ ਆਉਂਦਾ ਨਹੀਂ, ਤਾਂ ਗਲ ਗੁੱਫਾ ਦੇ ਕਦੋਂ ਮਾਰੋ ਯਾਰ। ਪਰ ਸਰਕਾਰ ਉਸ ਨੀਤੀ 'ਤੇ ਚੱਲ ਰਹੀ ਆ ਵੀ ਜਿਹੜੇ ਸਰਕਾਰੀ ਅਦਾਰੇ ਘਾਟੇ ਜਾ ਰਹੇ ਆ, ਪਹਿਲੀ ਗੱਲ ਤਾਂ ਇਹ ਵੀ ਸਰਕਾਰ ਦੀਆਂ ਨੀਤੀਆਂ ਕਰਕੇ ਘਾਟੇ ਜਾ ਰਹੇ ਆ, ਕੋਈ ਸਾਡੇ ਕਰਕੇ ਥੋੜ੍ਹੀ ਜਾ ਰਿਹਾ। ਉਹਨਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਆ, ਅਤੇ ਸਰਕਾਰ ਕਹਿੰਦੇ ਵੀ ਇਹਦਾ ਹੀ ਘਾਟੇ ਜਾ ਰਹੇ, ਇਸ ਕਰਕੇ ਬਿਮਾਰ ਹੋ ਗਏ, ਇਹਨਾਂ ਨੂੰ ਹੁਣ ਬੰਦ ਕਰ ਦਿਓ। ਮਤਲਬ ਜੇ ਕੋਈ ਬਿਮਾਰ ਹੋ ਗਿਆ ਉਹਦਾ ਇਲਾਜ ਕਰਨ ਲਈ ਉਹਦਾ ਗਲ ਗੁੱਠਾ ਦੇ ਦਿਓ, ਇਹ ਨੀਤੀ 'ਤੇ ਚੱਲ ਰਹੀ ਆ ਸਰਕਾਰ। ਇਸ ਤੋਂ ਅਗਲੀ ਗੱਲ ਕਰੀਏ ਸਰਕਾਰੀ ਸਕੂਲਾਂ ਦੀ, ਉਹਦੇ 'ਚ ਵੀ ਇਹੀ ਕੁਛ ਆ, ਅਸਾਮੀਆਂ ਖਾਲੀ ਪਈਆਂ ਨੇ, ਪੋਸਟਾਂ ਭਰ ਨਹੀਂ ਰਹੇ, ਕੋਈ ਬਿਲਡਿੰਗ ਨਹੀਂ, ਕੋਈ ਫਰਨੀਚਰ ਨਹੀਂ, ਕੋਈ ਬੈਠਣ ਦਾ ਪ੍ਰਬੰਧ ਨਹੀਂ, ਕੋਈ ਲਾਇਬ੍ਰੇਰੀ ਨਹੀਂ, ਕੰਪਿਊਟਰ ਲੈਬ ਨਹੀਂ, ਹੋਰ ਨਹੀਂ। ਅਤੇ ਜਦੋਂ ਇਹ ਸਾਰੀਆਂ ਸਹੂਲਤਾਂ ਦੀ ਘਾਟ ਆ, ਅਸੀਂ ਕਹਿੰਦੇ ਬੱਚਾ ਪ੍ਰਾਈਵੇਟ ਸਕੂਲ 'ਚ ਲਾ ਦਿਓ ਯਾਰ। ਜਿਹਨੇ ਆਪਣੇ ਬੱਚੇ ਪ੍ਰਾਈਵੇਟ ਸਕੂਲ 'ਚ ਲਾ ਲਏ ਉਹ ਕਦੇ ਵੀ ਨਹੀਂ ਕਹਿੰਦਾ ਕਿ ਜੇ ਕੋਈ ਬੰਦਾ ਕਹੇ ਜਿਹਨੇ ਸਰਕਾਰੀ ਸਕੂਲ 'ਚ ਪੜ੍ਹਦੇ ਵੀ ਬਾਈ ਯਾਰ ਆਪਣੇ ਇੱਥੇ ਟੀਚਰ ਹੈ ਨਹੀਂ, ਜਾਂ ਯਾਰ ਕੋਈ ਕੰਪਿਊਟਰ ਲੈਬ ਹੈ ਨਹੀਂ ਜਾਂ ਟੀਚਰ ਹੈ ਨਹੀਂ ਕੰਪਿਊਟਰ ਵਾਲੇ, ਜਾਂ ਕੋਈ ਬਿਲਡਿੰਗ ਦੀ ਘਾਟ ਆ ਜਾਂ ਪਾਣੀ ਦਾ ਪੀਣ ਦਾ ਪ੍ਰਬੰਧ ਨਹੀਂ, ਅਗਲਾ ਕਹਿੰਦਾ ਮੈਨੂੰ ਕੋਈ ਲੋੜ ਹੈ ਬਾਈ ਯਾਰ, ਮੇਰਾ ਤਾਂ ਪ੍ਰਾਈਵੇਟ 'ਚ ਪੜ੍ਹਦਾ, ਜਿਹਦਾ ਪੜ੍ਹਦਾ ਉਹ ਗੱਲ ਕਰੇ। ਮਤਲਬ ਸਾਨੂੰ ਸਰਕਾਰ ਨੇ ਇੱਕ ਅਲਟਰਨੇਟਿਵ ਦਿੱਤਾ ਵੀ ਤੁਸੀਂ ਇੱਧਰ ਨੂੰ ਤੁਰ ਜਾਓ, ਅਸੀਂ ਉੱਧਰ ਨੂੰ ਤੁਰ ਗਏ। ਹੁਣ ਸਵਾਲ ਇਹ ਪੁੱਛਦਾ ਮੈਂ ਤੁਹਾਨੂੰ, ਜੇ ਮੰਨ ਲਓ ਪ੍ਰਾਈਵੇਟ ਸਕੂਲ ਨਾ ਹੁੰਦੇ ਕੀ ਫਿਰ ਵੀ ਇਹ ਹਾਲ ਹੋਣਾ ਸੀ? ਜੇ ਪ੍ਰਾਈਵੇਟ ਸਕੂਲ ਨਾ ਹੁੰਦੇ ਫਿਰ ਅਸੀਂ ਜਿਨ੍ਹਾਂ ਦੇ ਸਾਡੇ ਬੱਚੇ ਸਕੂਲਾਂ 'ਚ ਪੜ੍ਹਦੇ, ਅਸੀਂ ਪੁੱਛਣਾ ਸੀ ਸਰਕਾਰ ਨੂੰ, ਸਰਕਾਰੀ ਨੁਮਾਇੰਦਿਆਂ ਨੂੰ, MLA MP ਨੂੰ, ਵੀ ਯਾਰ ਇੱਥੇ ਪਾਣੀ ਦੀ ਘਾਟ ਆ, ਕਿਉਂ ਨਹੀਂ ਦੇ ਰਹੇ? ਇੱਥੇ ਆ ਬਿਲਡਿੰਗ ਚਾਹੀਦੀ ਹੈ, ਇੱਥੇ ਟੀਚਰ ਪੂਰੇ ਕਰੋ। ਪਰ ਜਦੋਂ ਹੁਣ ਅਸੀਂ ਪ੍ਰਾਈਵੇਟ ਸਾਨੂੰ ਅਲਟਰਨੇਟਿਵ ਦਿੱਤਾ, ਅਸੀਂ ਕਹਿੰਦੇ ਸਾਡਾ ਉੱਧਰ ਪੜ੍ਹਦਾ, ਸਾਨੂੰ ਕੀ ਲੋੜ ਆ? ਮਤਲਬ ਸਰਕਾਰ ਇੰਨੇ ਢੰਗ ਤਰੀਕਿਆਂ ਨਾਲ, ਇੰਨੀ ਬਰੀਫਲੀ, ਇੰਨੀ ਡੀਪਲੀ ਸੋਚਦੀ ਆ ਵੀ ਯਾਰ ਇਹਨਾਂ ਨੂੰ, ਇਹਨਾਂ ਦੇ ਦਿਮਾਗ ਇੰਨੇ ਕੁ ਖੁੱਲ੍ਹੇ ਕਰ ਦੋ ਕਿ ਉੱਥੋਂ ਤੱਕ ਸੋਚ ਨਾ ਸਕਣ। ਇਹਨਾਂ ਨੇ ਜਿਹੜਾ ਵਿਰੋਧ ਕਰਨਾ, ਵਿਰੋਧ ਕਰਨ ਲਈ ਜੋ ਸਿਰਫ ਪੱਖ ਕਰਨ, ਅਗਲਾ ਕਹਿੰਦਾ ਠੀਕ ਹੈ ਤੂੰ ਕੋਈ ਸਹੂਲਤਾਂ ਨਹੀਂ, ਬੰਦ ਕਰ ਦਿਓ ਫਿਰ ਯਾਰ। ਇਹੀ ਤਾਂ ਸਰਕਾਰ ਚਾਹੁੰਦੀ ਹੈ। ਮਤਲਬ ਜੇ ਮੈਂ ਇਕੱਲੇ ਇਕੱਲੇ ਡਿਪਾਰਟਮੈਂਟ ਦੀ ਗੱਲ ਕਰਨ ਲੱਗ ਜਾ, ਸਾਰੀਆਂ ਮਹਿਕਮੇ ਦਾ ਇਹੀ ਹਾਲ ਆ। ਇਹ ਦੋ ਤਿੰਨ ਦੀ ਮੈਂ ਤਾਂ ਗੱਲ ਕੀਤੀ ਆ ਤਾਂ ਜੋ ਤੁਸੀਂ, ਤੁਹਾਨੂੰ ਪਤਾ ਲੱਗ ਜਾਵੇ ਵੀ ਹਾਂ ਕਹਾਣੀ ਬਾਕੀ ਇਹ ਆ।
दूजी गल मैं थोड़ी जी करोना बारे जरूर करनी चाहूँगा। मार्च के लॉकडाउन किया, टीवी के उत्ते अखबारों के उत्ते सोशल मीडिया से किसी को असी फोन करते हैं, कोई सानू फोन करता, कोई डॉक्टर आ, कोई मास्टर आ, करोना करोना करोना, बहुत सारे दिमाग अपसैट हो गए दिमागी तौर पर, बहुत सारे बच्चे आए एक गल सुनते सुनते जिन्हों का असी इलाज करवाया, मतलब इन्ना डर का माहौल पैदा करता। असल दे विच इह करोना है की सी, कोई बला सी, की सी इह, इह कख नहीं सी, एक एमरजेंसी ट्रायल यूज किया, डबल्यू टू ने कह लो जो कारपोरेट घराने ने, वो वेखना चाहते सी भी लोगों को आप डरा के कि चिर घर रख सकते हैं। तुसी लगभग पंजाब के बहुते जिले के विच आए हो, मैं थोड़ा एक सवाल पूछना भी कि थोड़ा कोई बंदा कोई करोना ना किसी की मौत हुई हो पिंड दे विच जां आंढ गुआंढ दे विच आपां देखिया, बाकी जे किसी की हुई भी उहदी सरकारी हस्पताल दे विच जाके हुई है जां प्राइवेट च जाके हुई है, घर च किसी दी नहीं हुई। फिर जे वड्डे बंदिआं नूं भी करोना होया, अमिताभ बच्चन आ, टूडो आ, उहदी फैमिली है, उहनां उह ठीक हो गए जी, आम बंदा जाके उत्थे मर जांदा। डॉक्टर बिशप रूप राय चौधरी आ, उहदा नाम गिनीज़ बुक दे विच दर्ज है, 1200 पेज की वह बंद ने किताब लिखी सी, डॉक्टर अमर सिंह निजाज जी की मैं गल करके हटिया, जां डॉक्टर शिवा अपने भारत की अमेरिका के पी आर आ, दो तीन डॉक्टर होर ने जिन्होंने मैं निजी तौर पर जानता, उन्होंने बहुत खुल के विरोध किया, तो सरकार ने की किया जे यूट्यूब अकाउंट से बंद करते भी तुम लोगों दस दौ। कई डॉक्टर ने कहा कि असं 1,00,000 रुपया इनाम दें, सानू साबित कर दो भी महामारी है। यार आम बंदा की गल नहीं करता, जिन्हों का नाम गिनीज़ बुक के दर्ज है, जो वो ये गल कह रहे हैं तो सरकार उन्होंने गल सुन की बजाय उन्होंने अकाउंट हैक कर रही है, डिलीट कर रही है, रिमूव कर रही है, भी लोगों तक गल ना जाए, तो यह सोचने वाली गल् ने। WHO ने बाकी मान लो जो कोई बीमारी आ भी जाती है, आने वाले समय से भी आ सकती है, हरेक देश की अपनी पैथी एक सिस्टम है, कोई नैचुरोपैथी को पसंद करता, कोई न्यूरोपैथी, कोई होम्योपैथी, कोई आयुर्वैदिक, जुनान के आपकी जुनान की पैथी है उन्होंने, तो उन्होंने राइट, उन्होंने हक हों भी जितों मर्जी इलाज करा, आप बीमार होने साडा राइट है भी असं पिंड वाले डॉक्टर तो इलाज कराइए, देसी तो कराइए, होम्योपैथिक तो कराइए, जितों मर्जी कराइए, यह मतलब सानू सेंटर गवर्नमेंट ज वर्ल्ड WTO दसूगा, जे उन्हें कारपोरेट कराने सन वो दसेंगे भी असं की करना, क्योंकि करोना की गल मैं तां कीती आ, आ सारा कुछ जो करोना की आड़ हो रहा, आप अगली गल भी करते हैं बारे थोड़ा जहा खुल के। कोई भी चीज़ आती है वो चार पांच पहलुओं से नज़र जरूर मारो, जिहड़ा यह करोने की गल करते सानू पहला बहुत बारी होया, यह कोई नवा नहीं, नवी नहीं बीमारी आई, हाँ नवा की आया, टूल नवा आया, इस बीमारी जो मापन का जो यंत्र है, जो टूल है जिन्हें डायग्नोस कर लो, वह नवा आया, वह यह भी थोनों 10 बारी तुम चैक किया थोनों नैगेटिव कर दूगा, उस बाद फिर 5 बारी कराऊंगे पॉजिटिव कर दूगा, ए नहीं पता पहला पॉजिटिव कर दे बाद नैगेटिव कर दे। जिन्होंने यह यंत्र बनाया उन्हों खुद वीडियो ने उन्होंने कहा भी यह असं डायग्नोस करने वास्ते नहीं बनाया, और सर्च वास्ते खोज वास्ते बनाया, जिन्हें कोई चीज़ पैदा की वह खुद कह रहे भी इनू इनू असी इलाज के तौर पर जो असं बीमारी वास्ते नहीं वरत सकते, पर उन्होंने वो गलों समझने नहीं होते, उन्होंने वीडियो डिलीट किया जा रहा। अच्छा जे डॉक्टर बिशप रूप राय ने भी कहा कि मैनू मरीज दो, मैं बिना दवाई तो 72 घंटे के ठीक कर दा, मैं भी कहा खुद कि जिन्होंने करोना होया हुआ मेरे वो टीके भर के ला दो, डॉक्टर बिशप रूप राय चौधरी मेरा ट्रीटमेंट करे, तो मैं लिख के भी दिना जो मैंने मैं मरूंगा तो मैं जिम्मेवार खुद होऊंगा, पर वो कहते नहीं जी तो सेंटर गवर्नमेंट ने देता, सेंटर गवर्नमेंट कहनी जी तो WHO दी, उन्होंने कहा। हुण जे असीं WHO नूं इन्ना क मानदे हां भी कल नूं मान लो साइंस की कहती है तो सरकारां दे WHO की कहते हैं, दो पक्ष आ, WHO कहिंदा भी यह बीमारी बहुत खतरनाक है जी, सरकारां भी उही बोली बोलदियां, तो आपां नूं पता भी सरकारां भी झूठ बोलदियां, हुण तक बोले ही आ, तो WHO भी झूठ बोलदा, क्योंकि N1H1 पहलां मैं उस डिटेल च नहीं जाऊंगा,
ਉਹਦੇ ਬਾਰੇ ਬੜਾ ਕੁਝ ਹੋਇਆ ਸੀ ਜਿਹਨੇ ਜਾਣਦੇ ਸਦਰ ਨੂੰ ਪਤਾ ਹੋਵੇ ਤੇ ਉਹਦੇ ਚ ਇਹਨੂੰ ਲੁਟੇਰਾ ਘੋਸ਼ਿਤ ਕੀਤਾ ਹੋਇਆ WHO ਨੂੰ ਕਈ ਦੇਸ਼ਾਂ ਨੇ ਕਿਉਂਕਿ ਤੁਹਾਨੂੰ ਪਤਾ ਵੀ ਬਹੁਤ ਸਾਰੇ ਦੇਸ਼ਾਂ ਨੇ ਕੋਈ ਲਾਕਡਾਊਨ ਨਹੀਂ ਕੀਤਾ ਕੁਝ ਨਹੀਂ ਕੀਤਾ ਉਹ ਨੋਰਮਲ ਜ਼ਿੰਦਗੀ ਚੱਲਦੀ ਹੈ ਉੱਥੇ ਅੱਛਾ ਇੱਕ ਤਾਂ WHO ਤੇ ਸਰਕਾਰਾਂ ਕੀ ਕਹਿੰਦੀਆਂ ਦੂਜਾ ਹੈਗਾ ਵੀ ਸਾਇੰਸ ਕੀ ਕਹਿੰਦੀ ਆ ਸਾਇੰਸ ਇਹ ਕਹਿੰਦੀ ਆ ਵੀ ਜਿਹੜੀ ਇਹਦੀ ਮੋਡਰਿਟੀ ਰੇਟ ਆ ਕਰੋਨਾ ਦੀ ਉਹ 0.1 ਹੈ 0.1 ਦਾ ਮਤਲਬ ਇਹ ਹੈ ਵੀ ਜੇ 1000 ਬੰਦੇ ਨੂੰ ਕਰੋਨਾ ਪੋਜ਼ਿਟਿਵ ਆ ਕਰੋਨਾ ਹੋ ਗਿਆ ਉਹਦੇ ਚੋਂ ਇੱਕ ਬੰਦੇ ਦੇ ਮਰਨ ਦੀ ਸੰਭਾਵਨਾ ਉਹ ਵੀ ਸ਼ੋਰ ਨਹੀਂ ਹੈ ਕਿ ਮਰੂ ਇੱਕ ਬੰਦਾ ਸ਼ਾਇਦ ਮਰ ਜੇ 999 ਬਿਨਾਂ ਦਵਾਈ ਤੋਂ ਠੀਕ ਹੋ ਜਾਣਗੇ ਇਹ ਸਾਇੰਸ ਕਹਿੰਦੀ ਆ ਤੇ ਇੱਕ ਬੰਦੇ ਨੂੰ ਕਰੋਨਾ ਹੋ ਗਿਆ ਦੋ ਬੰਦੇ ਨੂੰ ਗਾਹਾਂ ਕਰ ਸਕਦਾ ਇਹ ਨਹੀਂ ਹੈਗਾ ਉਹ 20 ਨੂੰ ਕਰ ਦੂਗਾ ਉਹ ਕਿਉਂਕਿ ਜਿਹੜਾ ਬੈਕਟੀਰੀਆ ਉਹਦੀ ਇੰਨੀ ਕੀ ਲਾਈਫ ਆ ਉਹ ਇੱਕ ਤੋਂ ਦੋ ਜਣੇ ਨੂੰ ਗਾਹ ਹੋਰ ਹੋ ਸਕਦਾ ਗਾ ਸਰਕਾਰ ਕੀ ਕਹਿੰਦੀ ਆ WHO ਕੀ ਕਹਿੰਦਾ ਇੱਕ ਪੱਖ ਆ ਸਾਇੰਸ ਕੀ ਕਹਿੰਦੀ ਆ ਇੱਕ ਪੱਖ ਆ ਸਾਨੂੰ ਪਤਾ ਵੀ ਸਾਇੰਸ ਕਹਿੰਦੀ ਆ 2+2=4 ਹੁੰਦੇ ਆ ਇਹ ਵਿਗਿਆਨ ਆ ਜੇ ਆਪਾਂ 2 ਤੇ 2 ਜੋੜ ਕਰਦੇ ਹਾਂ ਉਹ 4 ਹੋਊਗਾ ਮੰਨ ਲਓ ਕੱਲ੍ਹ ਨੂੰ WHO ਸਾਡੀ ਸਰਕਾਰ ਨੂੰ ਜਾਂ ਪੂਰੇ ਵਰਲਡ ਦੇ ਵਿੱਚ ਇਹ ਕਹਿੰਦਾ ਵੀ 2 ਤੇ 2 ਤਾਂ 3 ਹੁੰਦੇ ਆ ਜੀ ਕੀ ਫਿਰ ਅਸੀਂ ਇਸ ਕਰਕੇ ਮੰਨਾਂਗੇ ਵੀ WHO ਨੇ ਕਿਹਾ ਸਾਡਾ ਆਪਦਾ ਦਿਮਾਗ ਨਹੀਂ ਹੈਗਾ ਯਾਰ ਮਤਲਬ ਕਿਸ ਹੱਦ ਤੱਕ ਸਾਡੇ ਦਿਮਾਗਾਂ ਨੂੰ ਖੁੰਡਾ ਕੀਤਾ ਜਾ ਰਿਹਾ ਸੋਚਣ ਸ਼ਕਤੀ ਖਤਮ ਕੀਤੀ ਜਾ ਰਹੀ ਆ ਬਿਨਾਂ ਸੋਚੇ ਸਮਝੇ ਅਸੀਂ ਇਹਨਾਂ ਸਰਕਾਰਾਂ ਦੇ ਮਾਜਰ ਲੱਗ ਜਾਂਦੇ ਹਾਂ ਠੀਕ ਆ ਜਿਹੜੀਆਂ ਗੱਲਾਂ ਲੱਗਣ ਵਾਲੀਆਂ ਨੇ ਜਾਂ ਜਿਹੜੀਆਂ ਗੱਲਾਂ ਮੰਨਣ ਵਾਲੀਆਂ ਨੇ ਠੀਕ ਆ ਮੰਨਣੀਆਂ ਚਾਹੀਦੀਆਂ ਮੈਂ ਨਹੀਂ ਕਹਿੰਦਾ ਨਹੀਂ ਮੰਨਣੀਆਂ ਚਾਹੀਦੀਆਂ ਪਰ ਕਿਸੇ ਵੀ ਗੱਲ ਨੂੰ ਬਿਨਾਂ ਸੋਚੇ ਸਮਝੇ ਨਾ ਮੰਨਿਆ ਜਾਵੇ ਮੇਰੇ ਕਹਿਣ ਦਾ ਮਤਲਬ ਇਹ ਆ ਕੋਈ ਵੀ ਗੱਲ ਆਉਂਦੀ ਹੈ ਅਸੀਂ ਅੱਖਾਂ ਮਿਚ ਕੇ ਉਹਦੇ ਯਕੀਨ ਕਰ ਲੈਂਦੇ ਹਾਂ ਇਹ ਨਾ ਕਰਿਆ ਕਰੋ ਇਸ ਤਰ੍ਹਾਂ ਕਿਸੇ ਵਿਦਵਾਨ ਨੇ ਵੀ ਲਿਖਿਆ ਕਹਿੰਦੇ ਵੀ ਤੁਸੀਂ ਇਹ ਦੇਖ ਲਓ ਵੀ ਕਰੋਨਾ ਪੂਰੇ ਵਰਲਡ ਦੇ ਵਿੱਚ ਜਿਹੜਾ ਕਾਰਪੋਰੇਟ ਸੈਕਟਰ ਆ ਘਰਾਣਾ ਇਹ ਗੱਲ ਇੱਥੋਂ ਦੀ ਨਹੀਂ ਹੈਗੀ ਵੀ ਇੰਡੀਆ ਦੇ ਵਿੱਚ ਆਹ ਕੁਛ ਕੀਤਾ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਨੀਤੀਆਂ ਪੋਲਸੀਆਂ ਕਾਰਪੋਰੇਟ ਘਰਾਣੇ ਪੱਖੀ ਉਹਨਾਂ ਨੂੰ ਲਾਗੂ ਕਰਨਾ ਸੀ ਇਸ ਕਰਕੇ ਕਰੋਨਾ ਕਰਕੇ ਲੋਕਾਂ ਨੂੰ ਘਰੇ ਵਰਤਾ ਦੇ ਬਾਅਦ ਦੇ ਵਿੱਚ ਬਿੱਲ ਲਾਗੂ ਕਰਤੇ ਹਾਲਾਂਕਿ ਸਰਕਾਰਾਂ ਨੂੰ ਲੱਗਦਾ ਨਹੀਂ ਸੀ ਵੀ ਲੋਕ ਐਡੀ ਤਾਦਾਦ ਦੇ ਵਿੱਚ ਐਡਾ ਵਿਰੋਧ ਖੜਾ ਕਰਨਗੇ ਨਾਲੇ ਮੀਡੀਆ ਦੇ ਵਿੱਚ ਭਾਵੇਂ ਨਹੀਂ ਆ ਰਿਹਾ ਨੈਸ਼ਨਲ ਮੀਡੀਆ 'ਤੇ ਨਹੀਂ ਆ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਸਰਕਾਰਾਂ ਤੱਕ ਗੱਲ ਨਹੀਂ ਪਹੁੰਚਦੀ ਕਿਉਂਕਿ ਜਿਹੜੀ ਉਹਨਾਂ ਦੀ ਖੁਫੀਆ ਏਜੰਸੀਆਂ ਇੰਟੈਲੀਜੈਂਸੀ ਆ CID ਉਹ ਕੱਲੀ ਗੱਲ ਕਿੱਥੇ ਕੀ ਹੋਇਆ ਕਿਹੜਾ ਬੁਲਾਰਾ ਬੋਲ ਕੇ ਗਿਆ ਕੀ ਬੋਲਿਆ ਕਿੰਨਾ ਘੱਟ ਸੀ ਕੱਲੀ ਗੱਲ ਉਹ ਸਟੇਟ ਸਰਕਾਰ ਕੋਲ ਵੀ ਜਾਂਦੀ ਆ ਔਰ ਸੈਂਟਰ ਗੌਰਮੈਂਟ ਕੋਲ ਵੀ ਜਾਂਦੀ ਆ ਸੋ ਗੱਲ ਕਰੋਨਾ ਦੀ ਕਰ ਰਹੇ ਸੀ ਆਪਾਂ ਵੀ ਕਿਵੇਂ ਕਰੋਨਾ ਨੂੰ ਹਵਾ ਖੜਾ ਕਰਕੇ ਸਾਡੇ ਦਿਮਾਗ ਦੇ ਵਿੱਚ ਡਰ ਪੈਦਾ ਕਰਕੇ ਵੀ ਘਰਾਂ ਦੇ ਵਿੱਚ ਵੜ ਜਾਣਗੇ ਤੇ ਹਾਲਤ ਵੀ ਇਹ ਹੋ ਗਈ ਸੀ ਕਿ ਅਸੀਂ ਆਪਦੀਆਂ ਡੈੱਡ ਬੋਡੀਆਂ ਲੈਣ ਤੋਂ ਵੀ ਇਨਕਾਰ ਕਰਤਾ ਸੀ ਬੱਚਿਆਂ ਨੇ ਕਿਹਾ ਸੀ ਵੀ ਸਾਡਾ ਮਾਂ ਪਿਓ ਮਰ ਗਿਆ ਅਸੀਂ ਨਹੀਂ ਲੈਣਾ ਜੀ ਸਾਡੀਆਂ ਮੌਤਾਂ ਵੀ ਖਰਾਬ ਕਰਤੀਆਂ ਇਹਨਾਂ ਨੇ ਯਾਰ ਸਾਨੂੰ ਜਿਉਣ ਕਿੱਥੋਂ ਦੇਣਗੇ ਕਿਉਂਕਿ ਹਰ ਇੱਕ ਇਨਸਾਨ ਦੀ ਇੱਕ ਇੱਛਾ ਹੁੰਦੀ ਆ ਵੀ ਯਾਰ ਮਰਨ ਵੇਲੇ ਘੱਟੋ ਘੱਟ ਅੰਤਮ ਸਮੇਂ ਮੇਰੇ ਕੋਈ ਰਿਸ਼ਤੇਦਾਰ ਮੇਰੇ ਘਰ ਦੇ ਜਾਂ ਮੇਰੇ ਕੋਈ ਜਿਹੜਾ ਸਾਡਾ ਨਿੱਜੀ ਤੌਰ 'ਤੇ ਅਸੀਂ ਜਾਣਦੇ ਹਾਂ ਜ਼ਿਆਦਾ ਨੇੜੇ ਉਹ ਬੰਦਾ ਮੇਰੇ ਕੋਲ ਹੋਵੇ ਸਾਡੇ ਤਾਂ ਮਰਨਾ ਵੀ ਦੁਸ਼ਵਾਰ ਕਰਤਾ ਇਹਨਾਂ ਸਰਕਾਰਾਂ ਨੇ ਅਤੇ ਇਹਨਾਂ ਕਾਰਪੋਰੇਟ ਘਰਾਣੇ ਨੇ ਅਤੇ ਅਸੀਂ ਇਹਨਾਂ ਤੋਂ ਜਿਉਣ ਦੀ ਉਮੀਦ ਕਰਦੇ ਹਾਂ ਕਰੋਨਾ ਕਰਕੇ ਕਿਸੇ ਨੇ ਲਿਖਿਆ ਕਹਿੰਦਾ ਵੀ ਜਦ ਤੱਕ ਖਤਮ ਹੋਊਗਾ ਦੇਸ਼ ਮੇਂ ਕਰੋਨਾ ਤਦ ਤੱਕ ਨਰਿੰਦਰ ਮੋਦੀ ਵੇਚਦੇ ਆ ਦੇਸ਼ ਕਾ ਹਰ ਕੋਨਾ ਅਸਲ ਗੱਲ ਤਾਂ ਇੱਥੇ ਸੀ ਰੇਲਵੇ ਲੈਣ ਬੇਚਤੀ ਤੁਹਾਨੂੰ ਪਤਾ ਹੋਵੇ ਏਅਰ ਲੈਣ ਬੇਚਤੀ ਖੇਤੀ ਸੈਕਟਰ ਵੇਚਤਾ ਸੜਕਾਂ ਵੇਚਤੀਆਂ ਪਾਣੀ ਵੇਚਤਾ ਯਾਰ ਕਿੰਨਾ ਕੁ ਸਬਰ ਕਰਾਂਗੇ ਅਸੀਂ ਕੋਈ ਸਮਾਂ ਸੀ ਜਦੋਂ ਪੌ ਲੱਗਦੇ ਸੀਗੇ ਸਾਡੇ ਬਜ਼ੁਰਗ ਕਹਿੰਦੇ ਸੀ ਪੁੰਨ ਹੁੰਦਾ ਸ਼ਾਇਦ ਬਹੁਤਿਆਂ ਨੂੰ ਤਾਂ ਹੁਣ ਪਤਾ ਨਾ ਹੋਵੇ ਪੌ ਦਾ ਮਤਲਬ ਕੀ ਹੁੰਦਾ ਜਿਹੜੀ ਹੁਣ ਵਾਲੀ ਪੀੜ੍ਹੀ ਆ ਛੋਟੇ ਬੱਚੇ ਆ ਮੈਂ ਇੱਕ ਕਵਿਤਾ ਲਿਖੀ ਹੈ ਪੰਜ ਦਰਿਆਵਾਂ ਦੀ ਧਰਤੀ ਪੰਜ ਆਬ ਇਸੇ ਕਰਕੇ ਇਹਨੂੰ ਪੰਜਾਬ ਕਹਿੰਦੇ ਆ ਤੇ ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਉਹ 'ਤੇ ਸਾਨੂੰ 20 ਰੁਪਏ ਲੀਟਰ ਪਾਣੀ ਮੁੱਲ ਮਿਲ ਰਿਹਾ ਕਿੱਥੋਂ ਚੱਲ ਕੇ ਕਿੱਥੇ ਆ ਕੇ ਖੜ ਗਈ ਕਹਾਣੀ ਪੰਜ ਦਰਿਆਵਾਂ ਦੀ ਧਰਤੀ ਉੱਤੇ ਮੁੱਲ ਹੈ ਵਿਕਦਾ ਪਾਣੀ ਆਹ ਤਰੱਕੀ ਕੀਤੀ ਆ ਯਾਰ ਅਸੀਂ ਬੱਚਾ ਪੈਦਾ ਕਰਨ ਦੇ ਕਾਬਲ ਨਹੀਂ ਰਹੇ ਆਹ ਤਰੱਕੀ ਕੀਤੀ ਆ ਅਸੀਂ
अज साडे मजदूर नौजवान किसान मावां भैणां सड़कां ते बैठण लई मजबूर आ। आ तरक्की कीती असीं की कहना लोकतंत्र। मैं क्या भाई सुखबीर ने गल कर रहा आंता हुआ गड्डी से, मैं कहा असीं पोलीटिकल सैंस के पढ़ते होंगे सी यार भी डेमोक्रेसी का मतलब होंगे टू द पीपल बाई द पीपल फार द पीपल, भी लोकतंत्र लोगों लोगों वालों तो लोगों द्वारा। सारे पता भी राजसभा की जी दो तिहाई मैंबर से खिलाफ सके खेती बिलों के ऑर्डिनेंसा के, पर फिर भी अगले ने पास करता है ना, राष्ट्रपति ने मोहर भी लाते। कोई भी कानून लैके आना घट्टो घट उन्हें लोगों में विश्वास से लिया जाना चाहिए होंगे कि नहीं, यही तो लोकतंत्र है। किनू पूछा अज वो कह रहे भी ये बिल बहुत चंगे आ, पर किसान सड़कों के बैठे संतुष्टि कराओ बैठो। असी तो कहने भी जेडे भी कोई सरकार का कोई अदारा ज कोई मंत्री बैठे साढ़े किसान आगुओं जे सा बुद्धिजीवी आ पॉलिसी मेकर उन्होंने बैठे साढ़े न बैठ के दलील ना गल करे दसे कि लाहेवंद है। सिर्फ गल्लां कह देनियां। मैनू पत्रकार ने किसी ने सवाल किया कहना भाई जी तुसीं कह रहे हो सरकार तो कहिंदी आ भी बहुत चंगे आ, मैं कहा असीं यकीन किवें कर गए, क्योंकि मोदी तो कहना सी भी जी एस टी लग जूगी बहुत फायदा हो जूगा लोगों, मैनू कहना की फायदा हो गया। फिर वो कहना सी असीं नोटबंदी करांगे भी नोटबंदी ना बहुत फायदा हो जूगा, 100 दिन तुसीं देखो 100 दिनों के काला धन बाहर आ जूगा, दसो कि बाहर आ गया। फिर वो कहते जी 15-15 लाख रुपये एक एक बंदे के खाते से पा दूंगा, दसो कि खाते च आया, बड़े वादे किए आ, क्यों यकीन करिए असी। मतलब गल कर सेंटर गवर्नमेंट की नहीं, चाहे स्टेट सरकार भी हो चाहे अकाली हो चाहे कांग्रेस हो, इन्होंने भी किए। मतलब सानू सवाए लारियां तो धोखिया तो बिना होर कुछ मिले नहीं। पूरे वर्ल्ड दे विच की हो रहा करोना लेके जां सेंटर गवर्नमेंट दी नीतियां पॉलिसियां दी गल, हुण थोड़ा जिहा मैं पंजाब दे मुद्दे ते भी गल जरूर करनी चाहूँगा। तो जे कोई बुलारा बोलण वाला हैगा तां फिर मैं अपनी गल समाप्त कर दिंदा, क्योंकि असीं तां लगभग जदों तों संघर्ष शुरू होया उदों तों इत्थे आ। तो जे कोई होर मेरा भीर बोलना चाहुंदा तां मैं इत्थे आपदी समाप्ति कर दिंदा, तो आ जाओ आके नाम लिखा दिओ, तो जे कोई नहीं होगा तो तद तक मैं गल जारी रख लैना। असी बूटा सिंह साढ़े बहुत ही सत्कारयोग अंकल जी बूटा सिंह जी सरसे तो, सो वह भी सानू आशीर्वाद देने आए ने। सो मैं उन्होंने बेनती करूँगा कि वह अपने विचार साढ़े नाल सांझे करन। सो बाकी गल आपां बाद च करदे हां। सो इंडिया कहिंदा होया खिमा ने जाचका वाहगुरु जी का खालसा वाहगुरु जी की फतेह।